ਹੈਲੋ ਫਰੈਂਡ, ਕੀ ਹਾਲ ਚਾਲ? ਅਸੀਂ ਆ ਗਏ ਆਪਦੇ ਅੱਡੇ 'ਤੇ। ਸਾਰੇ ਠੀਕ ਹੋਵੋਗੇ, ਆਪਣੇ ਘਰ ਰਾਜ਼ੀ ਖੁਸ਼ੀ ਹੋਵੋਗੇ, ਤੰਦਰੁਸਤ ਹੋਵੋਗੇ। ਅਤੇ ਲਓ ਜੀ, ਅੱਜ ਵਲੋਗ ਬਣਾਉਣ ਲੱਗੇ ਸੀ। ਦੇਖੀਏ, ਦਰਖਤ ਹੋਇਆ ਆਪਣਾ ਜਿਹੜਾ, ਵਧੀਆ, ਚੱਲ ਧੁੱਪ ਤਾਂ ਰੋਕਦਾ ਹੀ ਆ, ਬਹੁਤ ਵਧੀਆ ਬਣਾਇਆ ਹੈ ਇਹ, ਦੇਖੋ। ਅਤੇ ਆਪਣੇ ਧੁੱਪ ਵੀ ਬਹੁਤ ਤੇਜ਼ ਆ। ਅਤੇ ਦੁਪਹਿਰ ਖਿੜੀ ਨੂੰ ਪਾਣੀ ਲਾਇਆ ਜੀ, ਪਤਾ ਨਹੀਂ ਸੁੱਕ ਗਈ, ਪਤਾ ਨਹੀਂ ਕੀ ਗੱਲ, ਪਾਣੀ ਲਾਇਆ ਸੀ। ਇਹ ਹੈਗੀ ਆ ਹਰੀ, ਇਹਦਾ ਪਾਣੀ ਖਿੱਚਦੀ ਵਾਲੀ ਆ ਇਹ। ਲਓ ਜੀ, ਉਹ ਸਾਹਮਣੇ ਦਰਖਤ ਆਪਣੇ, ਅਤੇ ਆਹ ਦਰਖਤ ਆ ਗਿਆ, ਕਾਹ ਦਰਖਤ ਆ ਗਿਆ, ਅਤੇ ਸਾਹਮਣੇ ਤੁਹਾਨੂੰ ਕਬੂਤਰ ਪੰਛੀ ਵੀ ਦਿਖਦੇ ਨਹੀਂ ਅੱਜ, ਹੈਗੇ ਆ ਉਹ ਬੈਠੇ ਆ ਸਾਹਮਣੇ, ਦੇਖ ਰਹੇ ਹੋਣਗੇ ਤੁਹਾਨੂੰ ਸ਼ਾਇਦ, ਉਹ ਬੈਠੇ ਆ ਧੁੱਪ ਤੋਂ ਵਿਚਾਰੇ ਬੈਠੇ ਆ। ਧੁੱਪ ਵਾਲੀ ਕਹਿੜੀ ਆ, ਟਾਈਮ ਕਿੰਨਾ ਹੋਇਆ ਅੱਜ, ਟਾਈਮ ਵੀ ਬਹੁਤ ਹੋ ਗਿਆ ਹੋਣਾ, ਟਾਈਮ 1:13 ਹੋ ਗਏ, ਬਹੁਤ ਧੁੱਪ ਆ ਜੀ। ਹੋਰ ਦੇਖੋ ਜਾਨਵਰ ਉਹਦੇ ਉੱਡੇ ਫਿਰਦੇ, ਉਹ ਦੇਖੋ ਸੌਂ ਲੱਭਦੇ ਫਿਰਦੇ ਵਿਚਾਰੇ, ਧੁੱਪ ਵਾਲੀ ਕਹਿੜੀ ਆ ਜੀ। ਅਤੇ ਹੁਣ ਚੱਲੀਏ ਇੱਧਰ ਨੂੰ, ਉਹ ਸਾਹਮਣੇ ਆਪਣਾ ਕੁਰਸੀ ਡਾ ਕੇ, ਮੰਜਾ ਡਾ ਕੇ ਬੈਠੇ ਜੀ, ਅਤੇ ਸੌਂਵਾਂਗੀ ਉੱਥੇ। ਦਰਖਤ ਹਰੇ ਹਰੇ ਆ, ਸਾਹਮਣੇ ਗੁਰੂ ਘਰ ਦਾ ਗੇਟ ਆ ਗਿਆ, ਇੱਧਰ ਵੀ ਧੁੱਪ ਪਈ ਆ, ਸੂਰਜ ਬਹੁਤ ਧੁੱਪ ਕੈੜੀ ਆ, ਅਤੇ ਇੱਧਰ ਦੇਖ ਕਿੰਨੀ ਹਰਿਆਲੀ ਆ, ਦੂਰੋਂ ਦੇਖਣਾ ਬਹੁਤ ਸੋਹਣਾ ਲੱਗਦਾ ਜੀ, ਦੇਖੋ ਕਿੰਨਾ ਵਧੀਆ ਨਜ਼ਾਰਾ, ਦਰਖਤ ਹੀ ਦਰਖਤ ਆਪਣੇ ਘਰ। ਦੇਖ ਧੁੱਪ ਦੇ ਨਜ਼ਾਰੇ ਵੀ ਲੈ ਲਓ, ਧੁੱਪ ਵੀ ਬਹੁਤ ਚੜ੍ਹੀ ਆ, ਦਰਖਤ ਕੋਈ ਜਾਨਵਰ ਨਹੀਂ ਦਿੰਦਾ ਹੁਣ, ਬਾਕੀ ਸਾਰੇ ਜਿਹੜੇ ਹੈਗੇ ਆ 2-3-4 ਕੋਈ ਬੈਠੇ ਦਿੰਦੇ ਆ, ਉਹ ਆਪਦੇ ਲੁਕੇ ਜੇ ਬੈਠੇ ਵਿਚਾਰੇ। ਹੋਰ ਕੀ ਆ, ਦੇਖੋ ਦਰਖਤ ਇੰਨਾ ਵਧੀਆ ਗਾ। ਚਲੋ ਠੀਕ ਆ, ਹੋਰ ਸੁਣਾਓ, ਸਾਰੇ ਠੀਕ ਠਾਕ ਹੋ? ਧੰਨਵਾਦ ਜੀ, ਤੁਸੀਂ ਮੇਰੀ ਵੀਡੀਓ ਦੇਖੀ, ਬਹੁਤ ਬਹੁਤ ਧੰਨਵਾਦ। ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਜੀ, ਅਤੇ ਜੁਆਇਨ ਕਰੋ ਆਪਣੀ ਵੀਡੀਓ ਦੇਖਿਆ ਕਰੋ, ਵਧੀਆ ਲੱਗਦੀਆਂ ਲਾਈਕ ਕਰਿਆ ਕਰੋ, ਸ਼ੇਅਰ ਵੀ ਕਰ ਦਿਆ ਕਰੋ। ਧੰਨਵਾਦ ਜੀ ਵੀਡੀਓ ਦੇਖਣ ਲਈ।